ਸਰਕਾਰ ਦੁਆਰਾ ਚਲਾਈ ਗਈ ਆਟਾ ਦਾਲ ਸਕੀਮ ਦੇ ਤਹਿਤ ਗਰੀਬ ਪਰਿਵਾਰਾਂ ਨੂੰ ਕਣਕ ਵੰਡੀ ਜਾਂਦੀ ਹੈ। ਇਸੇ ਤਰ੍ਹਾਂ ਹੀ ਨੂਰਮਹਿਲ ਰੋਡ ਤੇ ਮੌਜੂਦ ਸਰਕਾਰੀ ਡੀਪੂ ਦੇ ਵੱਲੋਂ ਕਣਕ ਵੰਡਣ ਦੇ ਸਮੇਂ ਆਏ ਦਿਨ ਇੱਕ ਵਿਅਕਤੀ ਦੇ ਵੱਲੋਂ ਆਪਣੇ ਆਪ ਨੂੰ ਫੂਡ ਸਪਲਾਈ ਅਧਿਕਾਰੀ ਦੱਸਦੇ ਹੋਏ ਲੋਕਾਂ ਨੂੰ ਖੱਜਲ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਰਵਿੰਦਰ ਭਾਰਦਵਾਜ ਨਾਮਕ ਇਸ ਵਿਅਕਤੀ ਦੇ ਵੱਲੋਂ ਆਏ ਦਿਨ ਗੁਰਦੁਆਰੇ ਦੇ ਵਿੱਚ ਕਣਕ ਵੰਡਣ ਦੀ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਵਾਇਆ ਜਾਂਦਾ ਹੈ। ਇਸੇ ਤੋਂ ਤੰਗ ਆਏ ਸਰਕਾਰੀ ਡੀਪੂ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਵੱਲੋਂ ਆਏ ਦਿਨ ਉਹਨਾਂ ਨੂੰ ਇਹ ਕਹਿ ਕੇ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਉਹ SDM ਦਾ ਰਿਸ਼ਤੇਦਾਰ ਹੈ, ਜਿਸ ਦੇ ਚਲਦਿਆਂ ਉਸਨੂੰ ਸਾਰੇ ਕਾਗਜ਼ਾਤ ਦਿਖਾਏ ਜਾਣ। ਇਸ ਮੌਕੇ ਜਦੋਂ ਸਾਡੇ ਪੱਤਰਕਾਰ ਪਹੁੰਚੇ ਤਾਂ ਰਵਿੰਦਰ ਭਾਰਦਵਾਜ ਕੋਈ ਵੀ ਪੁਖਤਾ ਜਵਾਬ ਨਾ ਦੇ ਸਕਿਆ ਤੇ ਉੱਥੋਂ ਫਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਆਏ ਦਿਨ ਅਜਿਹੇ ਲੋਕਾਂ ਦੇ ਵੱਲੋਂ ਅਨਪੜ੍ਹ ਤੇ ਗਰੀਬ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ, ਜਦਕਿ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਫਿਲਹਾਲ ਤੋਂ ਪ੍ਰੋਪੋਲ ਦੀ ਰਿਪੋਰਟ। ਮੇਰੇ ਸਾਹਮਣੇ ਜਿਹੜਾ ਬੰਦਾ ਗਿਆ 665 ਬੋਰੇ ਤਾਜ਼ਾ ਆਏ ਆ। ਅੱਛਾ ਜੀ। 700 ਬੋਰੇ ਕਾਢਾ ਸੀ। ਅੱਛਾ ਜੀ। ਆਹ ਮੰਡੇਗਾ, ਇਹ ਮੰਡੇਗਾ ਆ। ਅਤੇ ਤੁਹਾਡਾ ਇੱਧਰਲੇ ਪਾਸੇ ਤੁਸੀਂ ਤੁਹਾਡਾ ਡਿਪੂ ਹੋਲਡਰ 'ਚ ਕੋਈ ਹੈਗਾ, ਕੋਈ ਹਿੱਸੇਬੰਦੀ ਹੈ ਜਾਂ ਕੀ ਹੈਗਾ? ਨਹੀਂ, ਕੋਈ ਹਿੱਸੇਬੰਦੀ ਨਹੀਂ ਮੇਰੀ, ਕੋਈ ਕੁਛ ਨਹੀਂ। ਅੱਛਾ ਜੀ। ਅਤੇ ਤੁਸੀਂ ਨਿਗਰਾਨ ਕਿਸ ਚੀਜ਼ ਦਾ ਕਰਦੇ ਹੋ ਉਸ 'ਤੇ? ਮੈਂ ਸਿਰਫ ਜੇ ਕਹਿੰਦਾ ਪਬਲਿਕ ਦੁਖੀ ਨਾ ਹੋ। ਹਾਂਜੀ, ਪਬਲਿਕ ਦੁਖੀ ਨਾ ਹੋ। ਮੈਂ ਤੁਹਾਨੂੰ ਪਹਿਲਾਂ 10 ਮਿੰਟ ਪਹਿਲਾਂ ਪੁੱਛਿਆ ਸੀਗਾ, ਤੁਸੀਂ ਮੈਨੂੰ ਕਹਿੰਦੇ ਵੀ ਮੈਂ ਰਿਪੋਰਟ ਦੇਣਾ ਉੱਤੇ ਕਿਤੇ। ਤੁਹਾਡੇ ਮਹੱਲੇ ਵਿੱਚ ਡੀਪੂ ਹੈਗਾ, ਉਹ ਚ ਕੋਈ ਧਾਂਦਲੀ ਤਾਂ ਨਹੀਂ ਹੁੰਦੀ ਜਾਂ ਹੋਰ ਹੇਰਾਫੇਰੀ ਤਾਂ ਨਹੀਂ ਹੁੰਦੀ? ਤੁਹਾਨੂੰ ਕਿਉਂ ਪੁੱਛਦੇ ਹੋ? ਮੈਂ ਹੁਣੇ ਇੰਸਪੈਕਟਰ ਨੂੰ ਵੀ ਫੋਨ ਲਾ ਲੈਣਾ ਤੁਹਾਡੇ ਸਾਹਮਣੇ, ਠੀਕ ਆ ਨਾ? ਮੰਤਰੀ ਸਾਹਿਬ ਕਿਹੜੇ ਹੈਗੇ? ਮੈਨੂੰ ਮੰਤਰੀ ਸਾਹਿਬ ਤਾਂ ਦੱਸੋ, ਕਿਹੜੇ ਮੰਤਰੀ ਸਾਹਿਬ ਆ ਦੱਸੋ? ਮੜੇ ਆ ਦੱਸੋਗੇ ਮੜੇ ਆ? ਤੁਹਾਡੇ ਕਰਕੇ ਜਨਤਾ ਖੱਜਲ ਹੁੰਦੀ ਆ ਇਧਰਲੇ ਪਾਸੇ? ਨਹੀਂ ਨਹੀਂ, ਤੁਹਾਡੇ ਕਰਕੇ ਹੁੰਦੀ ਆ ਸਰ, ਤੁਹਾਡੇ ਕਰਕੇ ਹੋਈ ਆ, ਕੱਲ ਤੁਹਾਡੇ ਕਰਕੇ ਹੋਈ ਆ। ਤੁਹਾਡਾ ਇੱਥੇ ਕਾਰਡ ਹੈ? ਤੁਹਾਡਾ ਕਾਰਡ ਹੈ? ਮੈਂ ਤੁਹਾਨੂੰ ਪੁੱਛਦਾ ਵੀ ਤੁਹਾਡਾ ਕਾਰਡ ਹੈ? ਤੁਹਾਨੂੰ ਇੱਥੇ ਬੈਠਣ ਦਾ ਅਧਿਕਾਰ ਹੈ, ਇੱਥੇ MC ਬਹਿ ਸਕਦਾ ਮਹੱਲੇ ਦਾ? ਧਾਂਦਲੀ ਹੁੰਦੀ ਇੱਥੇ? ਮੰਤਰੀ ਸਾਹਿਬ ਦਾ ਨਾਮ ਤਾਂ ਲਿਓ ਮੜੇ ਜਾ, ਦੱਸਿਓ ਮੜੇ ਜਾ, ਮੰਤਰੀ ਸਾਹਿਬ ਦਾ ਨਾਮ ਦੱਸਿਓ ਕੀ ਹੈ? ਇਸ ਤਰ੍ਹਾਂ ਵੀ ਜੋ ਕੱਲ੍ਹ ਤੋਂ ਕਣਕ ਵੰਡੀ ਜਾ ਰਹੀ ਹੈ ਮਤਲਬ ਗੁਰਦਾਸਪੁਰ ਦੇ ਵਿੱਚ ਜੀ, ਇੱਥੇ ਕੋਈ ਕਰੀਬ 90% ਜੀ 90% ਇੱਥੇ ਅਸੀਂ ਭਾਈਚਾਰਾ ਸਾਰਾ ਰਹਿੰਦਾ ਜੀ। 10% ਜਨਰਲ ਕੈਟਾਗਰੀ ਮੈਂ ਮੰਨ ਕੇ ਚੱਲ ਰਿਹਾ ਜੀ, ਇਹ ਬਹੁਤ ਗਰੀਬ ਮਹੱਲਾ ਆ ਜੀ। ਇਹ ਜੋ ਸਰਕਾਰ ਦੀ ਇਹ ਸਕੀਮ ਚੱਲ ਰਹੀ ਹੈ ਜੀ, ਆਟਾ ਦਾਲ ਸਕੀਮ ਜਾਂ ਹੋਰ ਸਕੀਮਾਂ ਜੋ ਚੱਲ ਰਹੀ, ਬੜੀ ਖੁਸ਼ੀ ਦੀ ਗੱਲ ਆ। ਸਰ ਸਰ ਇੱਕ ਤੁਹਾਨੂੰ ਮੈਂ ਕੁਐਸਚਨ ਕਰਦਾ, ਤੁਸੀਂ ਆਥੋਰਾਈਜ਼ ਹੋ ਗਏ ਆ, ਤੁਸੀਂ MC ਹੈਗੇ ਕੌਂਸਲਰ, ਤੁਹਾਨੂੰ ਸਰਕਾਰ ਵੱਲੋਂ ਹਦਾਇਤ ਹੈਗੀ ਆ ਵੀ ਤੁਸੀਂ ਡੀਪੂ ਹੋਲਡਰ ਦੇ ਤੁਸੀਂ ਸਿਰ ਤੇ ਜਾ ਕੇ ਬਹਿ ਸਕਦੇ ਆ, ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਜਾਂ ਕੋਈ ਲੇਡੀਜ਼ ਇੱਧਰ ਉੱਧਰ ਜਿਹਨੂੰ ਪਤਾ ਨਹੀਂ ਹੈਗਾ ਕੋਈ ਡੀਪੂ ਹੋਲਡਰ ਹੇਰਾ ਫੇਰੀ ਨਾ ਕਰੇ, ਤੁਸੀਂ ਤਾਂ ਹੁਣ ਤੁਸੀਂ ਬੈਲਟ ਹੋ, ਠੀਕ ਆ ਨਾ? ਇੱਕ ਬੰਦਾ ਇੱਥੇ ਆਣ ਕੇ 30% ਜਿਹਦੀ ਇੱਥੇ ਕੋਈ ਨਾ ਤਾਂ ਕਿਸੇ ਦਾ ਕਾਰਡ ਹੈਗਾ ਇੱਥੇ, ਠੀਕ ਆ ਨਾ? ਨਾ ਉਹ ਬੰਦਾ ਨਿਵਾਸੀ ਹੈਗਾ, ਠੀਕ ਆ ਨਾ? ਉਹ ਬੰਦਾ ਆਣ ਕੇ ਇੱਥੇ ਪਬਲਿਕ ਨੂੰ ਖੱਜਲ ਕਰ ਰਿਹਾ ਆਣ ਕੇ, ਠੀਕ ਆ ਨਾ? ਕਦੀ ਲੇਡੀਜ਼ ਨੂੰ ਉੱਧਰ ਗੁਰਦੁਆਰੇ ਸੱਦ ਲੈਂਦਾ, ਕਦੀ ਕਿਤੇ ਸੱਦ ਲੈਂਦਾ, ਉਹ ਪਰਸਨ ਕੌਣ ਆ ਸਰ? ਉਹ
ਦੇਖੋ ਮੈਨੂੰ ਕੱਲ ਜਦੋਂ ਪਤਾ ਲੱਗਾ ਮੈਂ ਘਰ ਸੀਗਾ ਬੈਠਾ ਜਦੋਂ ਗੁਰਦੁਆਰਾ ਸਾਹਿਬ ਸ੍ਰੀ ਗੁਰਦਾਸ ਮੰਦਰ ਅਨਾਊਂਸਮੈਂਟ ਕੀਤੀ ਗਈ ਜੀ ਤੇ ਮੈਨੂੰ ਉਹਨਾਂ ਦਾ ਭਾਈ ਸਾਹਿਬ ਦਾ ਨਾਂ ਦਾ ਨਹੀਂ ਪਤਾ ਜੀ ਉਹ ਕੋਈ ਆਪਣੇ ਸ਼ਹਿਰ ਦੇ ਆ ਨੇ ਸਾਡੇ ਮੁਹੱਲੇ ਦੇ ਨਹੀਂ ਰਹਿਣ ਵਾਲੇ ਜੀ ਜਿੱਥੇ ਉਹ ਸੈਂਚਰੀ ਦੁਕਾਨ ਕਰਦੇ ਆ ਉਹਨੇ ਆਪਣੇ ਨਾਂ ਦੇ ਅਨਾਊਂਸਮੈਂਟ ਕਰਵਾਈ ਵੀ ਮੈਂ ਫਲਾਣਾ ਬੋਲਣਾ ਜੀ ਵੀ ਸ੍ਰੀ ਗੁਰਦਾਸ ਮੰਦਰ ਦੇ ਨਜ਼ਦੀਕ ਸਾਰੇ ਇਕੱਠੇ ਹੋਵੋ ਜੀ ਵੀ ਇੱਥੇ ਕਣਕ ਮੰਡੀ ਜਾਓ ਜੀ ਜਦੋਂ ਪਬਲਿਕ ਨੇ ਮੇਰੇ ਤੱਕ ਪਹੁੰਚ ਕੀਤੀ ਤੇ ਮੈਂ ਗੁਰਦੁਆਰਾ ਸਾਹਿਬ ਗਿਆ ਦਾ ਜਿਹੜੇ ਲੋਕ ਉੱਥੇ ਬੈਠੇ ਸੀ ਕਣਕ ਲੈਣ ਲਈ ਜੀ ਇਹ ਡਿਪੂ ਹੋਲਡਰਾਂ ਨੇ ਇੱਥੇ ਜਿੱਥੇ ਹੁਣ ਇਸ ਵੇਲੇ ਅਸੀਂ ਮਜ਼ਦੂਰ ਖੜੇ ਹਾਂ ਕਣਕ ਮੰਡੀ ਜਾ ਰਹੀ ਆ ਡਿਪੂ ਹੋਲਡਰ ਨੇ ਸਾਰਿਆਂ ਲੋਕਾਂ ਨੂੰ ਇੱਥੇ ਸੱਦਿਆ ਸੀ ਔਰ ਮੈਂ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਲੋਕਾਂ ਨੂੰ ਕਿਹਾ ਵੀ ਤੁਸੀਂ ਉੱਥੇ ਡਿਪੂ ਹੋਲਡਰ ਜਿੱਥੇ ਬੈਠੇ ਜਿਹੜੀ 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 ਪਬਲਿਕ ਨੂੰ ਇੱਥੇ ਕਣਕ ਮੰਡੀ ਜਾਂਦੀ ਆ ਤੁਸੀਂ ਕੌਣ ਕਰਦੇ ਹੋ ਕਿੰਨੀਆਂ ਬੋਰੀਆਂ ਬਣੀਆਂ ਗਈਆਂ ਤੁਸੀਂ ਉਹਦੀ ਰਿਪੋਰਟ ਕਿਸੇ ਨੂੰ ਕਰਦੇ ਹੋ ਉੱਚ ਅਧਿਕਾਰੀ ਨੂੰ ਕਰਦੇ ਹੋ ਤੁਸੀਂ ਸਾਨੂੰ ਕੋਈ ਅਧਿਕਾਰ ਹੀ ਨਹੀਂ ਹੈਗਾ ਸਾਨੂੰ ਤੇ ਸਾਰੇ ਜਿਹੜੇ ਇਹ ਥਰ ਨਾ ਕੋਈ ਬੇਈਮਾਨੀ ਕਰੇ ਡਿਪੂ ਹੋਲਡਰ ਪਰਸੋਂ ਜਿਹੜਾ ਤਿੰਨ ਬੋਰੇ ਭਜੇ ਡਿਪੂ ਹੋਲਡਰ ਨੇ ਉਹ ਦੱਸਿਆ ਵੀ ਤਿੰਨ ਬੋਰੇ ਭਜੇ ਜਿਹੜਾ ਥਰਡ ਪਰਸੈਂਟ ਇੱਥੇ ਬੈਠਾ ਸੀ ਜਿਹੜਾ ਕਹਿੰਦਾ ਉਹ ਕਹਿੰਦਾ ਜੀ ਮੇਰੀ ਮੈਂ ਉੱਤੇ ਜਿਹੜੀ ਰਿਪੋਰਟ ਮੰਤਰੀ ਸਾਹਿਬ ਨੂੰ ਦਿੰਦਾ ਉਹ ਕਿਹੜਾ ਮੰਤਰੀ ਆ ਉਹ ਨਾਂ ਪਬਲਿਸ਼ ਨਹੀਂ ਕਰਕੇ ਗਿਆ ਵਿੱਚ ਕਹਿੰਦਾ ਮੈਂ ਭਾਰਤ ਭੂਸ਼ਣ ਆਸੂ ਦਾ ਇਹ ਪਤਾ ਲੱਗਾ ਵੀ ਕਹਿੰਦਾ ਮੈਂ ਜਿਹੜਾ ਭਾਰਤ ਭੂਸ਼ਣ ਆਸੂ ਸਾਡੇ ਮਾਂ ਜੋ ਸਤਿਕਾਰ ਜੋ ਕੈਬਨਿਟ ਮੰਤਰੀ ਆ ਭਾਰਤ ਭੂਸ਼ਣ ਆਸੂ ਜੀ ਸਿਵਲ ਖੁਰਾਕ ਸਪਲਾਈ ਮੰਤਰੀ ਆ ਜੀ ਜੀ ਤੇ ਉਹਨਾਂ ਦੇ ਚਾਚਾ ਸਹੁਰਾ ਲੱਗਦੇ ਜਿੱਦਾਂ ਜਿੱਥੇ ਤੱਕ ਮੈਨੂੰ ਇਹਨਾਂ ਨੇ ਦੱਸਿਆ ਹੈਗਾ ਆ ਜੀ ਖੁਦ ਇਹ ਆਪ ਆ ਕੇ ਇੱਥੇ ਬਹਿੰਦੇ ਆ ਖੁਦ ਇਹ ਆਪ ਅਨਾਊਂਸਮੈਂਟ ਕਰਾਉਂਦੇ ਆ ਠੀਕ ਆ ਸਾਨੂੰ ਇਸ ਗੱਲ ਦਾ ਵੀ ਅਫਸੋਸ ਆ ਵੀ ਅਸੀਂ ਡਿਪੂ ਹੋਲਡਰ ਦੇ ਕੋਲ ਕੱਲ੍ਹ ਸਵੇਰ ਦਾ ਮੈਂ ਨਹੀਂ ਆ ਕੇ ਬੈਠਾ ਜਦੋਂ ਮੈਨੂੰ ਹੁਣੇ ਪਤਾ ਲੱਗਿਆ ਵੀ ਉਹ ਆਪ ਆ ਕੇ ਬੈਠੇ ਆ ਮੇਰਾ ਸਿਰਫ ਦੇਖਣੇ ਆਇਆ ਅਸੀਂ ਕਿ ਮੈਂ ਤਾਂ ਇਹੀ ਡਿਪੂ ਹੋਲਡਰ ਨੂੰ ਪੁੱਛ ਰਿਹਾ ਵੀ ਕੋਈ ਪਬਲਿਕ ਨੂੰ ਪਰੇਸ਼ਾਨੀ ਨਾ ਪਹਿਲਾਂ ਉਹ ਮੰਤਰੀ ਸਾਹਿਬ ਦਾ ਨਾਮ ਲੈਂਦੇ ਸੀ ਉਹ ਤੋਂ ਵੀ ਮੁੱਕਰ ਗਏ ਠੀਕ ਆ ਨਾ ਉਹ ਤੋਂ ਬਾਅਦ ਇੰਸਪੈਕਟਰ ਮਨਦੀਪ ਸਿੰਘ ਦਾ ਨਾਮ ਲਿਆ ਜਦੋਂ ਉਹਨਾਂ ਨਾਲ ਮੈਂ ਕੰਟੈਕਟ ਕੀਤਾ ਹੈਗਾ ਤੇ ਉਹਨੇ ਵੀ ਕਿਹਾ ਵੀ ਅਸੀਂ ਇਸ ਬੰਦੇ ਨੂੰ ਨਾ ਤਾਂ ਜਾਣਦੇ ਹਾਂ ਅਸੀਂ ਤੈਨੂੰ ਕਿਹਾ ਹੀ ਨਹੀਂ ਬੈਠਣ ਲਈ ਤੇ ਹੋਰ ਮੈਂ ਕੱਲ੍ਹ ਗਿਆ ਆਪ ਗਿਆ ਕਹਿੰਦਾ ਦੁਕਾਨ ਦੇ ਮੈਂ ਕਿਹਾ ਤੁਸੀਂ ਕਿਉਂ ਇਹ ਕਹਦੇ ਕਹਿੰਦੇ ਇੰਸਪੈਕਟਰ ਸਾਹਿਬ ਮੈਨੂੰ ਕਹਿੰਦੇ ਆ ਵੀ ਤੂੰ ਆਪਣੀ ਹਾਜ਼ਰੀ ਵਿੱਚ ਕਰ ਜੋ ਕਰਨਾ ਹੈ ਮੈਨੂੰ ਇਹਨਾਂ ਦੁਕਾਨ ਦੇ ਮੈਨੂੰ ਆਪ ਇਹਨਾਂ ਨੇ ਮੈਨੂੰ ਕਿਹਾ ਤੁਹਾਡਾ ਕਹਿਣ ਦਾ ਮਤਲਬ ਵੀ ਇਹ ਬੰਦਾ ਅਨਵੈਲਿਡ ਹੈਗਾ